ਕੋਈ ਪਿਆਰ ਦੇ ਦੂਜੇ ਨੂੰ ਮੈਂ 2 ਸਾਲ ਤੋਂ ਜਾਣਦੀ ਹਾਂ ਕਿ ਮੈਂ ਇਹਦੇ ਬਿਨਾਂ ਨਹੀਂ ਰਹਿ ਸਕਦੀ ਮੈਨੂੰ ਬਹੁਤ ਪਿਆਰ ਕਰਦੀ ਕਿ ਮੇਰੇ ਘਰ ਦੇ ਮਮਾ ਨੂੰ ਪਿਆਰ ਨਹੀਂ ਸੀ ਮੈਂ ਕਦੇ ਦੱਸਿਆ ਇਸ ਨੂੰ ਵਿਆਹ ਕਰਾਉਣਾ ਕਿ ਨਹੀਂ ਉਹ ਮੰਨੀ ਨਹੀਂ ਗਈ ਇਹਦੇ ਬੁੱਢੇ ਦਾ ਮੁੰਡੇ ਨਾਲ ਵਿਆਹ ਰੱਖਿਆ ਸੀ ਮੈਂ ਬੁੱਢੇ ਵਾਸਤੇ ਹਾਂ ਬੁੱਢਾ ਦੇਖ ਮੇਰੇ ਵਾਸਤੇ ਕਿ ਉਹ 35 ਸਾਲ ਦਾ ਬੁੱਢਾ वाहेगुरु जी का खालसा वाहेगुरु जी की फतेह। गुर प्यारे बठिंडा विच एक मामला बहुत भख रहा है हिंदू लड़की का मुसलमान लड़के दे नाल होए विआह का। जी हाँ, बठिंडा दे माता राणी वाली गली विच रहण वाली हिंदू लड़की का एक मुसलमान लड़के नाल विआह करवाउण का मामला सामने आया है, जिस तों बाद पुलिस वालों इस मामले की जाँच की जा रही है। विआह तों बाद लड़की दे परिवार वालियां ने एक मंग पत्र पुलिस नूं सौंपिया, जिस विच लड़के अते लड़की दे विआह बारे अदालत वालों कोई हुक्म नहीं लिखा गया, जिस तों बाद थाना कोतवाली दे इंचार्ज दविंदर सिंह ने आदेश नूं पढ़ के अपनी कार्रवाई शुरू की। इस संबंध में लड़की के परिवारक मैंबरां दे नाल भाजपा पार्टी के अधिकारी भी थाना कोतवाली पहुंचे, जिन्हें SHO कोतवाली नूं दस्या कि आधार कार्ड अते दस्तावेज बिल्कुल झूठे हन अते उन्हां नूं लड़के ने अपना धर्म नहीं बदलिया अते लड़की नूं झूठ बोलिया है। इस सारे मसले ते थाना इंचार्ज दविंदर सिंह की बोले, मार दें एक नज़र। हाँ जी, की गल हुई है? ਅਸੀਂ ਕੋਰਟ ਮੈਰਿਜ ਕਰਾਈ ਸੀ 14 ਤਰੀਕ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਅਸੀਂ ਕੋਰਟ ਪੇਪਰ ਦੇ ਦੂਜੇ ਨੂੰ ਮੈਂ 2 ਸਾਲ ਤੋਂ ਜਾਣਦੀ ਹਾਂ ਕਿ ਮੈਂ ਇਹਦੇ ਬਿਨਾਂ ਨਹੀਂ ਰਹਿ ਸਕਦੀ ਮੈਨੂੰ ਬਹੁਤ ਪਿਆਰ ਕਰਦੀ ਕਿ ਮੇਰੇ ਘਰ ਦੇ ਮਮਾ ਨੂੰ ਪਿਆਰ ਨਹੀਂ ਸੀ ਮੈਂ ਕਦੇ ਦੱਸਿਆ ਇਸ ਨੂੰ ਵਿਆਹ ਕਰਾਉਣਾ ਕਿ ਨਹੀਂ ਉਹ ਮੰਨੀ ਨਹੀਂ ਗਏ ਇਹਦੇ ਬੁੱਢੇ ਦਾ ਮੁੰਡੇ ਨਾਲ ਵਿਆਹ ਰੱਖਿਆ ਸੀ ਮੈਂ ਬੁੱਢੇ ਵਾਸਤੇ ਹਾਂ ਬੁੱਢਾ ਦੇਖ ਮੇਰੇ ਵਾਸਤੇ ਕਿ ਉਹ 35 ਸਾਲ ਦਾ ਬੁੱਢਾ ਤੁਸੀਂ ਕਿਹੜੀ ਜਗ੍ਹਾ ਤੋਂ ਬਠਿੰਡਾ ਹੀ ਮਾਤਾ ਰਾਣੀ ਗਲੀ ਕਪੜਾ ਮਾਰਕੀਟ ਅੱਛਾ ਤੇ ਤੁਸੀਂ ਕਿਸ ਜਾਤੀ ਨਾਲ ਸੰਬੰਧ ਰੱਖਦੇ ਹੋ ਹਿੰਦੂ ਹੀ ਹਿੰਦੂ ਹੀ ਅੱਛਾ ਤੁਸੀਂ ਹਾਂਜੀ ਮੈਂ ਧਰਮ ਚੇਂਜ ਕੀਤਾ ਜੀ ਤੇ ਹਿੰਦੂ ਧਰਮ ਚ ਆ ਗਏ ਹਾਂਜੀ ਅੱਛਾ ਪਹਿਲਾਂ ਕਿਹੜਾ ਧਰਮ ਸੀ ਮੁਸਲਿਮ ਸੀ ਅੱਛਾ ਹੁਣ ਹਿੰਦੂ ਧਰਮ ਤੁਸੀਂ ਜੁਆਇਨ ਕਰ ਲਿਆ ਹਾਂਜੀ ਹਾਂਜੀ ਪੰਡਤ ਤੋਂ ਵੀ ਮੈਰਿਜ ਹੋਈ ਹੈ ਮੰਦਿਰ ਵਿੱਚ ਤੁਸੀਂ ਕਿੰਨੀ ਦੇਰ ਤੋਂ ਜਾਣਦੇ ਸਿੱਖ ਦੂਜੇ ਨੂੰ 2 ਸਾਲਾਂ ਤੋਂ ਜਾਣਦੇ ਹਾਂ 2 ਸਾਲਾਂ ਤੋਂ ਹਾਂਜੀ ਹਾਂਜੀ ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ ਨਹੀਂ ਬਸ ਅਸੀਂ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਅਸੀਂ ਹਮੇਸ਼ਾ ਇਕੱਠੇ ਰਹਿੰਦੇ ਹਾਂ ਕੀ ਤੁਹਾਨੂੰ ਪਿਆਰ ਕਰਦੇ ਮੇਰੇ ਬਿਨਾਂ ਨਹੀਂ ਰਹਿ ਸਕਦੇ ਕੀ ਤੋਂ ਕੀ ਤੋਂ ਖਤਰਾ ਤੁਹਾਨੂੰ ਮੰਮੀ ਡੈਡੀ ਫੁੱਫਾ ਫੁੱਫੜ ਮੇਰੇ ਗਲੀ ਦੇ ਮੇਰੇ ਮੁੰਡੇ ਰਹਿੰਦੇ ਆ ਉਹ ਤੇ ਮੇਰੇ ਤਾਇਆ ਗੁੰਡੇ ਲੈ ਕੇ ਆਏ ਸੀ ਫੁੱਫਾ ਵੰਦੀ ਫੁੱਫੜ ਮੇ ਮੰਮੀ ਡੈਡੀ ਸਾਰਾ ਘਰ ਤੋੜ ਗਏ ਉਹ ਸ਼ੀਸ਼ਾ ਉੱਪਰਲਾ ਸਾਰਾ ਅੱਜ ਅੱਜ ਕੀ ਗੱਲ ਹੋਈ ਹੈ ਅੱਜ ਪਹਿਲਾਂ ਉਹਨਾਂ ਨੇ ਆ ਕੇ ਬਾਹਰ ਖੜਕਾਇਆ ਜੀ ਕਹਿੰਦੇ ਬਸ ਕੁੜੀ ਨੂੰ ਭੇਜ ਦੋ ਕਹਿੰਦੇ ਤੁਹਾਨੂੰ ਕੁਝ ਨਹੀਂ ਕਹਿੰਦੇ ਤੇ ਅਸੀਂ ਕਹਿੰਦੇ ਕਿਵੇਂ ਭੇਜ ਦਿੰਦੇ ਸਾਡੇ ਜਦੋਂ ਸਭ ਕੁਝ ਹੋਇਆ ਹੋਏਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਗੇਟ ਤੋੜਦਾ ਹੀ ਫਿਰ ਉੱਪਰ ਆ ਕੇ ਫਿਰ ਇੱਥੇ ਰਾੜ ਮਾਰੀ ਸ਼ੀਸ਼ੇ ਉਹਨਾਂ ਪਰਿਵਾਰ ਨੂੰ ਵੀ ਤਿਆਰ ਹੋ ਗਏ ਸੀ ਤੇ ਪ੍ਰਸ਼ਾਸਨ ਫਿਰ ਅਸੀਂ ਕਾਰ ਚ ਸ਼ੀਸ਼ੇ ਮਾਰੇ ਭੋਲੀ ਕੁੜੀ ਆ ਉਹਨੂੰ ਜਿਹੜਾ ਪੂਰੇ ਹਿੰਦੁਸਤਾਨ ਚ ਨਹੀਂ ਪੂਰੇ ਵਰਲਡ ਦੀ ਇੱਕ ਲਵ ਜਿਹਾ ਚੱਲਦਾ ਪਿਆ ਆਪਾਂ ਦੇਖਦੇ ਹਾਂ ਇੰਗਲੈਂਡ ਅਮਰੀਕਾ ਦੇ ਵਿੱਚ ਵੀ ਇਹ ਕਿਸ ਤਰ੍ਹਾਂ ਦੀਆਂ ਕੁੜੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਨਾਲ ਨਿਕਾਹ ਕਰਕੇ ਪਹਿਲਾਂ ਉਹ ਨਾਮ ਰੱਖਦੇ ਆ ਰਾਮੂ ਦੀਪਕ ਐਸਾ ਨਾਮ ਰੱਖ ਕੇ ਔਰ ਉਸ ਕੁੜੀ ਨੂੰ ਆਪਦੇ ਜਾਲ 'ਚ ਫਸਾ ਕੇ ਉਹਦੇ ਨਾਲ ਪਹਿਲਾਂ ਹਾਈ ਕੋਰਟ ਰਾਹੀਂ ਜਾਂ ਸਰੀਰਕ ਸੰਬੰਧ ਬਣਾ ਕੇ ਉਹਦੇ ਨਾਲ ਸ਼ਾਦੀ ਕਰ ਲੈਂਦੇ ਉਸ ਤੋਂ ਬਾਅਦ ਉਹਨੂੰ ਆਹਿਸਤਾ ਆਹਿਸਤਾ ਇਸਲਾਮ ਦੇ ਵਿੱਚ ਲਿਜਾ ਕੇ ਔਰ ਉਹਦੇ 5-7 ਬੱਚੇ ਤੋਂ ਬਾਅਦ ਤਲਾਕ ਦੇ ਦਿੰਦੇ ਆ ਤਾਂ ਜੋ ਇਸਲਾਮ ਦੀ ਔਰ ਹਿੰਦੂ ਸੰਸਕ੍ਰਿਤੀ ਨੂੰ ਕਿਸੇ ਤਰੀਕੇ ਨਾਲ ਤੋੜਿਆ ਜਾ ਸਕੇ ਇਹੀ ਮਾਮਲਾ ਬਠਿੰਡੇ ਦੇ ਵਿੱਚ ਆਇਆ ਇੱਥੇ ਵੀ ਇਹ ਲਵ ਜਿਹਾਦ ਹੋਇਆ ਔਰ ਉਹਦੇ ਪਿੱਛੇ ਬਹੁਤ ਹੀ ਐਸੇ ਅਨਸਰ ਹੈਗੇ ਆ ਜਿਹੜਾ ਉਹਨਾਂ ਦਾ ਪੇਸ਼ਾਵਰ ਲੋਕ ਹੈ ਉਹ ਇੱਥੋਂ ਕੁੜੀਆਂ ਨੂੰ ਲਿਜਾ ਕੇ ਵੇਚਦੇ ਆ ਅੱਜ ਤੋਂ ਸਾਲ ਪਹਿਲਾਂ ਵੀ ਮੈਂ SSP ਦੇ ਧਿਆਨ 'ਚ ਲਿਆਂਦਾ ਸੀ ਕਿ ਸਾਡੇ ਬਠਿੰਡੇ ਦੀਆਂ ਬਹੁਤ ਕੁੜੀਆਂ ਐਸੀਆਂ ਜਿਨ੍ਹਾਂ ਨੂੰ ਸਾਊਦੀ ਅਰੇਬੀਆ ਜਾਂ ਦੁਬਈ ਦੇ ਵਿੱਚ ਲਿਜਾ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਹੋ ਰਿਹਾ ਉਸੇ ਕੜੀ ਦੇ ਤਹਿਤ ਇਸ ਕੁੜੀ ਦੇ ਨਾਲ ਆਪਣਾ ਉਹ ਦੀਪਕ ਖਾਨ ਨੇ ਨਾ ਹਿੰਦੂ ਰੀਤੀ ਮੁਤਾਬਕ ਉਹਨੇ ਕੋਈ ਸ਼ਾਦੀ ਕੀਤੀ ਹੈ ਨਾ ਕਿਸੇ ਹਿੰਦੂ ਸੰਸਥਾ ਤੋਂ ਉਹਨੂੰ ਸਰਟੀਫਿਕੇਟ ਮਿਲਿਆ ਇਹ ਲਵ ਜਿਹਾਦ ਦਾ ਮਾਮਲਾ ਇਹਨੂੰ ਕਿਸੇ ਵੀ ਕੀਮਤ 'ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪੁਲਿਸ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਸਾਡੀ ਲੜਕੀ ਨੂੰ ਛੇਤੀ ਤੋਂ ਛੇਤੀ ਵਾਪਸ ਲਿਆਂਦਾ ਜਾਵੇ ਵਰਨਾ ਸਾਨੂੰ ਮਜਬੂਰ ਨੇ ਸੰਘਰਸ਼ ਕਰਨਾ ਪਵੇਗਾ ਅਗਰ ਬਠਿੰਡੇ ਦੇ ਹਾਲਾਤ ਵਿਗੜਦੇ ਆ ਤਾਂ ਇਹ ਬਠਿੰਡੇ ਦੀ ਪੁਲਿਸ ਇਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਸੀ ਕਰੋ ਹੀ ਕਹਿ ਕੇ ਗਈ ਸੀ ਨਾਈਟ ਸੂਟ 'ਤੇ ਗਈ ਉਵੇਂ ਉਹ ਘੰਟਾ ਉਹਦਾ ਫੋਨ ਲੱਗਿਆ ਸੀ ਫੋਨ ਕੀਤਾ ਕਹਿੰਦੀ ਮੰਮੀ ਮੈਂ ਆਉਂਦੀ ਹਾਂ ਮੈਂ ਮੇਰੀ ਸਹੇਲੀ ਘਰੇ ਹਾਂ 10 ਵਜੇ ਉਹਦਾ ਫੋਨ ਉਸ ਵਿੱਚ ਤੋਂ ਫਾਣ ਲੱਗ ਗਿਆ ਉਹਦੇ ਦੀ ਸਾਡੀ ਬੁੜੀ ਮੰਜ਼ੇ 'ਤੇ ਪਈ ਆ ਬੇ ਸਦਮੇ ਦੇ ਵਿੱਚ ਘਰ ਵਾਲਾ ਮੇਰਾ ਨਸ਼ੇ ਕਰਦਾ ਗਾ ਇਹਨੂੰ ਨਹੀਂ ਸਮਝ ਹੈਗੀ ਸਾਥ ਦੇਣ ਵਾਲਾ ਕੋਈ ਨਹੀਂ ਗਲੀ ਮੁਹੱਲੇ ਨੇ ਮੇਰਾ ਪੂਰਾ ਸਾਥ ਦਿੱਤਾ ਬਾਕੀ ਸਾਨੂੰ ਬੁੱਧੂ ਬਣਾ ਰੱਖਿਆ ਹੈਗਾ ਵੀ ਇੱਧਰ ਮਿਲ ਗਈ ਕੁੜੀ ਬਰਨਾਲੇ ਆ ਫਲਾਨੀ ਥਾਂ 'ਤੇ ਤਿਮਕੀ ਥਾਂ 'ਤੇ ਫਿਰ ਸਾਨੂੰ ਕਿਤੇ ਕੁੜੀ ਨਹੀਂ ਮਿਲੇਗੀ ਸਾਨੂੰ ਗੁੰਮਰਾਹ ਕਰੀ ਜਾਂਦੇ ਆ ਸਾਡੀ ਸੁਣਵਾਈ ਨਹੀਂ ਕਰਦੇ ਮੈਂ ਕੁੜੀ ਨੂੰ ਮਿਲਣਾ ਚਾਹੁੰਦੀ ਇੱਕ ਵਾਰੀ ਕੁੜੀ ਮੇਰੀ ਭੋਲੀ ਸੀਗੀ ਕੁੜੀ ਮੇਰੀ ਬਹਿਕਾਵੇ 'ਚ ਆਈ ਵੀ ਆ ਐਡਾ ਕਦਮ ਉਹ ਨਹੀਂ ਉਠਾ ਸਕਦੀ ਕਰੋ ਉਹਨੇ ਕਦੇ ਮੇਰੇ ਬਿਨਾਂ ਕਿਤੇ ਬਾਜ਼ਾਰ ਵੀ ਨਹੀਂ ਜਾਂਦੀ ਸੀ ਉਹ ਨੇੜੇ ਦੁਕਾਨ 'ਤੇ ਗਈ ਹੈ ਸਮਾਨ ਲੈਣ
अगे भी वीरों जाती सी हमेशा जाती सी आँदी सी सानू पूरा विश्वास से उत्ते मुसलमान सानू ये भी नहीं पता सानू गली वाले ने सारे डिटेल कटे मुसलमान भजा के ले गया उन्होंने ये नहीं पता उन्हें की गल हुई उन्होंने की बीत्या 10 दिन हो गया असी कुड़ी की कोई शक्ल नहीं देखी किवें हैगी किवें नहीं दिन रात मैं रोनी उदे दी मैं बीमार पई हाँ मंजे से ना कोई गल नहीं हुई किसी ने कोई साड़ी गल भी नहीं करा मिला भी नहीं बस ऐ कहें विह करा लिया हूँ बस तुम कुछ नहीं कर सकते हाई कोर्ट से जो आऊगी उदो तुम मिलावे वैसे 10-12 दिन हो गए मेरा कुछ नहीं मैं मंजा ही ले रखा है मुंडा मेरा अजे छोटा कुड़ी मेरी एक होर मैं किधर किधर मैं जवाकों मारे मैं जीना पैंता बस मेरा कोई जीन मरने विह कर मिलाओ तो सही एक बार सू असं विह करा के तोर देंगे कोई सू मिले तो सही करे कोई गल नहीं असं रीति रिवाज देखा परखा घर बार किए नहीं कोई गल नहीं दुनिया ही कराती है पर सू मिला तो सही एक बार कुड़ी की तो गल असं देखिए की कहती हो की नहीं समझती वह चौदह तरीक शाम जी कुड़ी रवीना वो बारे सूँ इन्होंने दरखास्त दी सी साड़ी कुड़ी जी घरों बिना दसे चली गई है जी 23 साल की उम्र है तो उन्होंने लभ के दिता जाए उस दिन ही असी आपकी एफर्ट शुरू करती CDR मंगवाई गई होर साइबर क्राइम में दसया गया 15 भी सूँ कुछ होर नंबर का पता लग्या उस बाद इन्हों लैके जिते जिथे कोई शक सीगा उत्थे रेडिंग पार्टियां भी भेजी गई पर सानू 19 तरीक शाम कुड़ी ने वट्सएप करता भी मेरी हाई कोर्ट के मैं दरखास्त देती है एक कुड़ी ने आपदे लिखती दरखास्त भी सानू वट्सएप की मैं आपकी मर्जी नाल ये दीपक खान नाल रह रहे हैं असी उस दिन इन्हों सारा कुछ दसता सीगा 19 तरीक नूं कि तुहाडी कुड़ी ने हाई कोर्ट चली गई है एक सानू दरखास्त भी दी है तो सीनियर अफसर को भी गए थे उन्होंने भी दसता भी असं हम कुछ नहीं कर सकते तुहाडी उम्र कुड़ी बाहर है अज इन्होंने 25 तरीक न आके मेरे को एक दरखास्त दी है भी जो हाई कोर्ट उन्होंने डाकूमेंट पेश किए है या कोई वो जो मुसलमान तो हिंदू बनया उस संबंधी इनकुआरी की है उस संबंधी इनकुआरी करा इन्होंने होर अज डिमांड की है भी सानू कुड़ी बारे पूछा जाए असी मैं अपने लेडी सब इंस्पैक्टर की ड्यूटी लाती है असी कुड़ी का 164 का बयान करा दें कोर्ट जो आपकी आजाद मर्जी ना कहूगी वो मुताबिक कार्रवाई करते हैं गुरप्यारे जिथे भी धर्मां की गल आ जाती है जिथे भी विआह जिहे पवित्र रिश्ते की गल आ जाती है उत्थे सानू धर्मां तों उत्ते उठ के सोचना चाहिए है जेकर बच्चे आपस में एक दूजे नूं पसंद करते हैं तो सानू धर्मां की घटिया ते कोई जी सियासत नहीं करनी चाहिए पर हाँ जेकर जोर जबरदस्ती दे नाल या झूठ बोल के किसी ने किसी की बच्ची नाल विआह कीता है अखां च कट्टा पाया है तो फिर अजिहे लोगों नूं बख्शिया भी नहीं जाना चाहिए पर सानू आप समझना पैना है कि बेशक असी हिंदू हाँ मुसलमान हाँ सिख हाँ या ईसाई हाँ जेकर साडे बच्चे अपनी रजामंदी दे नाल किसे होर नूं पसंद करते हैं किसे होर धर्म दे विच जाके विआह कराना चाहते हैं तो सानू बच्चों का साथ जरूर देना चाहिए है बेशक किसी धर्म का बच्चा साढ़े धर्म से आ रहा होवे या साढ़े धर्म का बच्चा किसी होर धर्म के बच्चे नाल विआह कर रहा होवे सानू किसी भी अपना धर्म तब्दील करने वास्ते जबरदस्ती नहीं करनी चाहिए तो जो लोग किसी को अपना धर्म तब्दील करने वास्ते जबरदस्ती करते हैं अजिहे धर्म के अजिहे लोगों के सानू रिश्ता रखना ही नहीं चाहिए अपने बच्चों के रिश्ते बनने ही नहीं देने चाहिए क्योंकि अजिही कट्टरवादी सोच रखने वाले कभी बच्चों को खुश नहीं रहन देंगे तो ये सब इस मसले पर की सोचते अपने विचार नीचे कमेंट्स के जरूर देना वीडियो चंगी लगी हो लाइक तो शेयर भी जरूर करना गुरबाणी अखंड बाणी वास्ते बठिंडा तो AS कैंथ की रिपोर्ट वाहिगुरु जी का खालसा वाहिगुरु जी की फतेह सिख धर्म की हर गतिविधि गुरबाणी वास्ते हुणे सबसक्राइब करो गुरबाणी अखंड बाणी नोटिफिकेशन वास्ते बैल नूं रिंग करो हाँ जी की गल हुई है ਸੀ ਕੋਰਟ ਮੈਰਿਜ ਕਰਾਈ ਸੀ 14 ਤਰੀਕ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਪੰਜਾਬ ਹਾਈ ਕੋਰਟ ਅੱਛਾ ਜੀ ਕੋਰਟ ਇੱਕ ਦਿਨ ਦੂਜੇ ਨੂੰ ਮੈਂ 2 ਸਾਲ ਤੋਂ ਜਾਣਦੀ ਆ ਤੇ ਮੈਂ ਇਹਦੀ ਵੀ ਨਹੀਂ ਰਹਿ ਸਕਦੀ ਮੈਨੂੰ ਗੁੱਪਿਆ ਕਰਦੀ ਤੇ ਮੇਰੇ ਘਰ ਦੇ ਜਿਵੇਂ ਮੰਨ ਨੂੰ ਤਿਆਰ ਨਹੀਂ ਸੀ ਮੈਂ ਘਰ ਦੱਸਿਆ ਇਸ ਮੈਂ ਵਿਆਹ ਕਰਾਉਣਾ ਹੈ ਕਿ ਨਹੀਂ ਉਹ ਮੰਨੇ ਹੀ ਨਹੀਂ ਗਏ ਇਹਦੇ ਬੁੱਢੇ ਦਾ ਬੁੱਢੇ ਨਾਲ ਵਿਆਹ ਰੱਖਤਾ ਸੀ ਬੁੱਢੇ ਵਾਸਤੇ ਹਾਂ ਬੁੱਢਾ ਰੱਖਿਆ ਮੇਰੇ ਵਾਸਤੇ ਕਿ ਉਹ ਵੀ 35 ਸਾਲ ਦਾ ਬੁੱਢਾ ਤੁਸੀਂ ਕਿਹੜੀ ਜਗ੍ਹਾ ਤੋਂ ਬਠਿੰਡਾ ਹੀ ਮਕਰਾਂ ਦੀ ਗਲੀ ਕਪੜਾ ਮਾਰਕੀਟ ਅੱਛਾ ਕਿ ਤੁਸੀਂ ਕਿਸ ਜਾਤੀ ਨਾਲ ਸੰਬੰਧ ਰੱਖਦੇ ਹੋ ਹੋਰ ਕੁਛ ਕਹਿਣਾ ਚਾਹੁੰਦੇ ਤੁਸੀਂ
बार खड़काया जी, कहिंदे बस कुड़ी नूं भेज दो, कहिंदे तुहानूं कुछ नहीं कहिंदे। ते असीं कहिंदे ऐं किवें भेज दिंदे साडे जदों सब कुछ होया होयागा। ते उदों बाद उहनां ने गेट तोड़ता, फिर उपर आ गए, फिर इत्थे राड़ मारी, शीशे मारन नूं तैयार हो गए सी। फिर असीं कार च शीशे मारे। ਪ੍ਰਸ਼ਾਸਨ ਤੋਂ ਕੋਈ ਮੰਗ ਨਹੀਂ ਕੀਤੀ ਤੁਸੀਂ ਆਪਦੀ ਸਕਿਉਰਿਟੀ ਦੀ? ਹਾਂਜੀ ਸਰ, ਫਿਰ ਅਸੀਂ ਕਾਲ ਕੀਤੀ ਸੀਗੀ 100 ਨੰਬਰ 'ਤੇ, ਫਿਰ ਸਾਰਾ ਆ ਗਈ ਸੀਗੀ ਸਾਰੀ ਫੋਰਸ ਆ ਗਈ।